ਬੋਲਣਾ ਭਾਈ ਦੁਨੀਆ ਪਚਵੰਜਾ ਹਾਂਜੀ ਕਿੱਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਬਈ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੌਗ, ਥੋੜ੍ਹੀ ਟਾਈਮ ਜਿਹੜਾ ਹੋ ਚੁੱਕਿਆ 6:45 ਮਤਲਬ ਕਿ 5:45। ਅਤੇ ਤੁਸੀਂ ਸੋਚ ਰਹੇ ਹੋਵੋਗੇ ਵੀ ਅੱਜ ਅੰਦਰ ਕਿਉਂ ਨਹੀਂ ਗਿਆ, ਬਾਹਰ ਹੀ ਕਾਹਤੇ ਖੜ੍ਹਾ ਗਾ, ਬਾਹਰ ਇਸ ਕਰਕੇ ਖੜ੍ਹਾ ਗਾ ਬਈ ਫੋਨ ਲਾ ਲਾ ਵੀ ਹੰਭ ਗਿਆ ਅਤੇ ਕਿਸੇ ਨੇ ਚੱਕੇ ਨਹੀਂ, ਬਾਹਰ ਖੜਕਾ ਕੇ ਵੀ ਹੰਭ ਗਿਆ ਅਤੇ ਇਹਦੀਆਂ ਉਹਦੇ ਨੂੰ ਹੋਰਨ ਵਜਾ ਵਜਾ ਕੇ ਮੋਟਰਸਾਈਕਲ 'ਤੇ ਥੱਕ ਗਿਆ। ਐਡੀ ਗੰਦੀ ਨੀਂਦ ਆ ਗਈ ਨਾ ਇਹਨਾਂ ਦੀ, ਮੈਨੂੰ ਸਮਝੋ ਬਾਹਰ ਹੈਗਾ ਨਹੀਂ। ਫੋਨ ਤਾਂ ਕੋਲੇ ਸਿਰਾਣੇ ਪੈ ਜਾਓ, ਰਿੰਗ ਵੱਜ ਵੀ ਬੰਦੇ ਨੂੰ ਪਟੱਕ ਦੇਣੇ ਚੱਕ ਲੈਣਾ ਚਾਹੀਦਾ। ਮੇਰੇ ਨਾਲ ਬਹੁਤ ਘੱਟ ਚਾਂਸ ਹੁੰਦੇ ਹੈਗੇ ਵੀ ਜੇ ਮੇਰੇ ਫੋਨ ਸਿਰਾਣੇ ਪਿਆ, ਚਾਹੇ ਮੈਂ ਸੁੱਤਾ ਪਿਆ ਗਾ, ਇੱਕ ਜਾਂ ਦੋ ਰਿੰਗਾਂ ਵੱਜਣ ਸਾਰ ਚੱਕ ਲੈਣਾ ਗਾ। ਜੇ ਫੋਨ ਹੀ ਮੇਰੇ ਕੋਲ ਹੈ ਨਹੀਂ ਜਾਂ ਫੋਨ ਮੇਰੇ ਤੋਂ ਪਰਾਂ ਪਿਆ ਗਾ, ਫਿਰ ਕੁਛ ਕਹਿ ਨਹੀਂ ਸਕਦੇ। ਮੈਂ ਜੰਤ ਦਵਿੰਦਰ ਨੂੰ ਕਹਿ ਕੇ ਗਿਆ, ਮੈਂ ਕਿਹਾ ਗੇਟ ਖੋਲ੍ਹ ਕੇ ਰੱਖੀ, ਮੈਂ ਮੁੜਿਆ ਆਉਣਾ ਹੁਣੀ। ਕਹਿੰਦੀ ਨਹੀਂ ਨਹੀਂ ਜੀ, ਕੋਈ ਚੱਕਰ ਹੀ ਨਹੀਂ, ਮੈਨੂੰ ਫੋਨ ਕਰ ਦਿਓ ਬਸ, ਮੈਂ ਉਹਦੀ ਖੋਲ੍ਹ ਦੂੰ। ਇੱਕ ਦਿਨ ਪਹਿਲਾਂ ਹੀ ਮੇਰਾ ਨਾ ਹੀ ਕਰੀ ਆ ਦਵਿੰਦਰ ਨੇ, ਉੱਦਣ ਮੈਨੂੰ ਕਹਿੰਦੀ ਮੈਂ ਬੇ ਗੇਟ ਖੋਲ੍ਹ ਦੂੰਗੀ ਅਤੇ ਮੈਨੂੰ ਫੋਨ ਕਰ ਦਿਓ। ਮੈਂ ਕਿਹਾ ਠੀਕ ਆ, ਮੈਂ ਆ ਕੇ ਫੋਨ ਕਰਤਾ ਅਤੇ ਚੱਕਿਆ ਨਹੀਂ ਫੋਨ, 15 ਮਿੰਟ ਬਾਹਰ ਖੜ੍ਹਾ ਰਿਹਾ। ਉਸ ਤੋਂ ਬਾਅਦ ਖੋਲ੍ਹਿਆ ਇਹਨਾਂ ਨੇ ਜਦੋਂ ਡੈਡੀ ਉੱਠ ਕੇ, ਮੈਂ ਸੋਚੀ ਮੈਂ ਚਿੜੀਆਂ ਬੈਠੀਆਂ ਹੈਗੀਆਂ, ਆਹ ਦੇਖੋ ਇੱਥੇ ਵੀ ਇੱਥੇ ਵੀ ਇੱਥੇ ਵੀ, ਇਹ ਚਿੜੀਆਂ ਨਹੀਂ, ਇਹ ਹੈਲੀਕਾਪਟਰ ਆ ਜਿਹੜੀ ਦੀ ਮੈਂ ਤੁਹਾਨੂੰ ਗੱਲ ਕਰਦਾ ਸੀਗਾ, ਜਿਹੜਾ ਬਾਹਲਾ ਫਾਸਟ ਉੱਡਦੇ ਹੈ ਨਾ, ਹਜੇ ਪਰੇ ਉੱਡ ਨਹੀਂ ਸਕਦੇ ਕਿਉਂਕਿ ਨਾ ਇਹਨਾਂ ਦੇ ਫੰਘ ਗਿੱਲੇ ਹੈਗੇ। ਅਤੇ ਮੌਸਮ ਦੇਖੋ ਫਿਰ ਕਿੱਡਾ ਘੈਂਟ ਆ, ਸਵੇਰੇ ਸਵੇਰ ਦਾ ਸੂਰਜ ਉੱਥੋਂ ਜੋ ਨਿਕਲੂ ਮੈਨੂੰ ਲੱਗਦਾ ਉੱਥੋਂ ਜੋ, ਹੈ ਨਾ। ਇੱਧਰ ਤਾਂ ਪਹਾੜਾਂ ਵਾਲਾ ਸੀਨ ਬਣਿਆ ਪੈਣ ਲੱਗਦਾ, ਇੱਧਰ ਪਹਾੜ ਹੁੰਦੇ ਆ ਜਿਵੇਂ ਆ ਬੱਦਲ ਜੇ। ਚਲੋ ਇਹਨਾਂ ਨੇ ਤਾਂ ਉਹ ਨਹੀਂ ਕੱਢਣਾ ਕਿ ਇਹਨਾਂ ਨੂੰ ਖੋਲ੍ਹਣਾ ਗੇਟ, ਮੈਂ ਕਿਹਾ ਆਪਾਂ ਹੀ ਚਲੋ ਆਪਦੀ ਸੈਰ ਸੂਰ ਹੀ ਕਰ ਲਈਏ 10 ਮਿੰਟ। ਪਤਾ ਨਹੀਂ ਦਵਿੰਦਰ ਨੇ ਡਰਦੀ ਨਹੀਂ ਖੋਲ੍ਹਿਆ, ਮੈਂ ਦਵਿੰਦਰ ਨੂੰ ਕਹਿੰਦਾ ਮੈਂ ਕਿਹਾ ਆ ਕੇ ਆਪਾਂ ਸੈਰ ਕਰਨ ਚੱਲਾਂਗੇ। ਚੱਲ ਭਾਰ ਤੋੜ ਕੇ ਆਉਂਦਾ ਮੈਨੂੰ ਲੱਗਦਾ ਦਵਿੰਦਰ ਦਾ 85 ਆ, ਮੈਂ ਕਿਹਾ ਆਪਣਾ ਥੋੜ੍ਹਾ ਹੀ ਫਰਕ ਆ 10-12 ਕਿਲੋ ਦਾ ਹੀ। ਕਹਿੰਦੀ ਫਿਰ ਮੈਂ ਖੁਰਾਕ ਵਧਾ ਦਿੰਦੀ ਹਾਂ, ਮੈਂ ਕਿਹਾ ਇਹ ਤਾਂ ਕੀ ਕਹਿਣਾ ਸੀਗਾ ਵੀ ਤੁਸੀਂ ਖੁਰਾਕ ਖਰੂਕ ਆਪਦਾ, ਮਤਲਬ ਕਿ ਘੱਟ ਵੱਧ ਕਰਕੇ ਹੈ ਨਾ, ਸੋ ਸੇਮ ਹੋ ਜੇ ਜਾਂ ਮੈਂ ਵੀ ਘਟਾ ਲਾਂ। ਕਹਿੰਦੀ ਮੈਂ ਵਧਾ ਦਿੰਦੀ ਹਾਂ ਹੋਰ, ਮੈਂ ਕਿਹਾ ਵਾਹ ਨਹੀਂ ਮਾਰੀਏ ਧੀਏ। ਚਲੋ ਵੀ ਹਜੇ ਕਿੱਥੇ ਇਹਨਾਂ ਨੇ ਖੋਲ੍ਹਣਾ ਗਾ, ਚਲੋ ਕਿ ਗਾਹਾਂ ਨੂੰ ਸੈਰ ਸੂਰ ਕਰਕੇ ਆਉਣੇ ਹੈਗੇ। ਅਤੇ ਬਾਕੀ ਅੱਜ ਕੋਈ ਐਡਾ ਖਾਸ ਕੰਮ ਕਾਰ ਤਾਂ ਹੈ ਨਹੀਂ ਗੇ, ਕਿਉਂਕਿ ਕੱਲ੍ਹ ਜਿਹੜੀ ਸਬਜ਼ੀ ਸੁਬਜ਼ੀ ਤੋੜੀ ਸੀ, ਪਰ ਬਈ ਅੱਜ ਵੇਖਿਆ ਅੱਗ ਲੱਗੀ ਵੀ ਸਬਜ਼ੀ ਨੂੰ, ਨਜ਼ਾਰਾ ਆ ਗਿਆ ਸੌਣ ਲੱਗੇ। 70-80 ਰੁਪਏ ਕਿਲੋ ਤੋਰੀ ਅਤੇ ਕੱਦੂ ਵਿਕਿਆ 70-80 ਰੁਪਈਏ ਕਿਲੋ, ਜਿਹੜਾ ਉਹਨਾਂ ਨੇ 70-80 ਲੈ ਲਿਆ ਉਹਨਾਂ ਨੂੰ 10 ਰੁਪਈਏ ਹੋਰ ਆੜਤ ਪੈ ਗਏ। 70 ਵਾਲਾ 80 ਪੈ ਜਾਣਾ, 80 ਵਾਲਾ 90 ਪੈ ਜਾਣਾ, ਅਤੇ ਉੱਥੇ ਜਾ ਕੇ ਵੇਖੋ 150-200 ਨੂੰ ਕਿਲੋ ਵਿਕੂਗਾ, ਫਿਰ ਹੀ ਜਾ ਕੇ ਅਗਲੇ ਨੂੰ ਕੁਛ 2 ਪੈਸੇ ਜਿਹੜੇ ਬਚਣਗੇ। ਅਤੇ ਹੁਣ ਸਾਰੇ ਕਿਤੇ ਅੱਜ ਦਵਾਈ ਛਿੜਕਣੀ ਹੈਗੀ, ਜਿੰਨੇ ਆਪਣੇ ਪੱਠੇ ਆ ਉਹਨਾਂ 'ਤੇ ਵੀ, ਮਿਰਚਾਂ 'ਤੇ ਵੀ, ਤੋਰੀਆਂ 'ਤੇ ਵੀ, ਕਿਉਂਕਿ ਤੋਰੀਆਂ ਉਹਨਾਂ ਮੀਂਹ ਜੇ ਕਰਕੇ ਬਿਮਾਰੀ ਜੀ ਪੈ ਜਾਂਦੀ, ਉਹਦੇ ਕਰਕੇ ਨਾ ਸੁੰਗੜ ਜਾਂਦੀਆਂ ਪੱਲਾਂ, ਅਤੇ ਉਹ ਦਵਾਈ ਛਿੜਕਾਂਗੇ ਸਾਰੇ ਕਾਸੇ 'ਤੇ। ਡੈਡੀਆਂ ਦਾ ਅੱਜ ਛਿੜਕਾਂਗੇ 2 ਦਿਨ, ਫਿਰ ਕੁਛ ਨਹੀਂ ਤੋੜਨਾ ਗਾ, ਕਿਉਂਕਿ ਤੁਹਾਨੂੰ ਪਤਾ ਫਿਰ ਬਈ ਜਦੋਂ ਛਿੜਕਾ ਕਰਿਆ ਵੀ ਮਤਲਬ ਕਿ ਕੱਲ੍ਹ ਨੂੰ ਤੋੜ ਸਕਦੇ ਹਾਂ, ਅੱਜ ਕੁਛ ਨਹੀਂ ਤੋੜਨਾ। ਘੱਟੋ ਘੱਟ ਵੀ ਉਹਦੇ ਵਾਸਤੇ ਆਪਾਂ ਨੂੰ ਚਾਹੀਦੇ ਹੁੰਦੇ ਹੈਗੇ 10-12 ਘੰਟੇ ਕੁਛ ਨਹੀਂ ਤੋੜ ਦੀਦਾ ਹੁੰਦਾ ਉਹ ਤੋਂ ਬਾਅਦ, ਕਿਉਂਕਿ ਉਹ ਤੋਂ ਬਾਅਦ ਜਿਹੜਾ ਸਪਰੇਅ ਦਾ ਅਸਰ ਆ ਜਿਹੜਾ ਉਹ ਖਤਮ ਹੋ ਜਾਂਦਾ ਕੀਟਨਾਸ਼ਕ ਦਾ, ਸੋ ਤਾਂ ਕਰਕੇ ਹੈਗਾ। ਕਿਉਂਕਿ ਇੱਕ ਵਾਰੀ ਉਹਨੇ ਜਿਹੜਾ ਵੀ ਇੱਥੇ ਗੰਦ ਪਹਿਲੇ ਲੱਗਿਆ ਹੁੰਦਾ ਗਾ ਜਾਂ ਕੋਈ ਬਿਮਾਰੀ ਹੁੰਦੀ ਆ ਉਹਨੂੰ ਚੱਕ ਦੇਣਾ ਹੁੰਦਾ ਗਾ। ਅਤੇ ਕਿਆ ਬਾਤ ਆ, ਅੱਜ ਦਾ ਮਾਹੌਲ ਬੜੇ ਦਿਨਾਂ ਬਾਅਦ ਮੈਂ ਤਾਂ ਇੱਧਰ ਨੂੰ ਆਏਗਾ ਬਈ, ਅੱਜ ਇੱਥੇ ਜਿੱਥੇ ਮੱਕੀ ਸੀਗੀ ਸਾਰੇ ਕਿਤੇ ਝੋਨੇ ਲੱਗ ਗਏ ਹੈਗੇ। ਵੈਸੇ ਐਤਕੀ ਤਾਂ ਝੋਨੇ ਵਾਲਿਆਂ 'ਤੇ ਉਡਾਟ ਹੀ ਪਵਾਇਆ ਰੱਬ ਨੇ, ਜਿਹਦੇ ਕੋਲ ਤਾਂ ਪਾਣੀ ਦਾ ਸਾਧਨ ਸੀ ਉਹਦਾ ਤਾਂ ਚਲੋ ਵਧੀਆ ਗਾ, ਜਿਹਦੇ ਕੋਲ ਹੈ ਨਹੀਂ ਸੀਗਾ ਉਹਨੂੰ ਬਹੁਤ ਔਖਾ ਹੋਇਆ, ਕਿਉਂਕਿ ਮੀਂਹ ਆਏ ਨਹੀਂ ਗੇ, ਅਤੇ ਜੇ ਮੀਂਹ ਆਏ ਹੁਣ ਤਾਂ
ਬੱਲੇ ਬੱਲੇ ਹੋ ਜਾਂਦੀ ਆ, ਫਿਰ ਤਾਂ ਕੋਈ ਚੱਕਰ ਹੀ ਨਹੀਂ ਰਹਿੰਦਾ ਐਡਾ ਪਾਣੀ ਪੂਣੀ ਦਾ, ਹੈ ਨਾ। ਸੋ ਚਲੋ ਸੈਰ ਕਰਦੇ ਹਾਂ, ਉਹ ਤੋਂ ਬਾਅਦ ਵੇਹਨੇ ਹਾਂਗੇ। ਜੇ ਗੇਟ ਖੋਲਤਾ ਆਪਣੀ ਕਦਰ ਕੌਰ ਨੇ ਤਾਂ ਠੀਕ ਆ, ਅਤੇ ਨਹੀਂ ਫਿਰ ਆਪਾਂ ਬੈਗ ਹੀ ਮੁੜ ਜਾਵਾਂਗੇ ਅਤੇ ਮਾਲੀ ਤੋਂ ਢੋਲੀ ਚੱਕ ਲਿਆਵਾਂਗੇ, ਫਿਰ ਛਿੜਕਣ ਲੱਗ ਜਾਵਾਂਗੇ। ਸਪਰੇ ਯਾਰ ਮੈਨੂੰ ਅੱਧਾ ਘੰਟਾ ਹੋ ਗਿਆ ਖੜੇ ਨੂੰ ਬਾਹਰ 'ਚ, ਕਦੋਂ ਦਾ ਖੜਕਾਈ ਜਾਂਦਾ ਮੈਂ। ਲਓ ਵੀ ਸੂਰਜ ਵੀ ਆ ਜਿਹੜਾ ਕਹਿੰਦੇ ਬੱਦਲਾਂ ਵੇਰੀ ਤਾਂ ਨੂੰ ਆ ਗਿਆ ਗਾ, ਅਤੇ ਆਪਾਂ ਵੀ ਜਿਹੜਾ ਸੰਤਰੀ ਰੰਗ ਦਾ ਔਰੇਂਜ ਰੰਗ ਦਾ ਭੂੰਡਾ ਜਿਹੜਾ ਗਾਮੇ ਨਾਲ ਟੰਗ ਲਿਆ ਗਾ, ਅਤੇ ਚੱਲ ਗਿਆ ਹੁਣ ਸਪਰੇਅ ਦੀਆਂ ਕਰਦੇ ਹਾਂ ਜਿਹੜੀਆਂ 7-8 ਢੋਲੀਆਂ ਹੋਣਗੀਆਂ, ਗਰਨ ਗਰਨ ਕਰ ਦਿੰਦੇ ਹਾਂ। ਆਹ ਢੋਲੀ ਦਾ ਇੱਕ ਹੋਰ ਫਾਇਦਾ ਵੀ ਆ, ਪਾਣੀ ਨਹੀਂ ਪੈਂਦਾ ਜਮ੍ਹਾਂ ਹੀ ਉੱਤੇ ਪਈ ਆ। ਚੱਲ ਬਈ ਚੱਲ ਗਏ, ਆਪਣੀ ਕਦਰ ਕੌਰ ਦੀ ਜਿਹੜੀ ਸਿਲਾਈ ਮਸ਼ੀਨ ਉਹ ਇੱਥੇ ਹੀ ਪਈ ਹੈਗੀ, ਕੱਲ੍ਹ ਦੀ ਲਾ ਕੇ ਤੋਪੇ ਸੜੋਪੇ ਜੇ ਅਤੇ ਇੱਥੇ ਹੀ ਰੱਖਤੀ। ਬਾਕੀ ਬਈ ਕਦਰ ਕੌਰ ਨਾਮ ਕਿਵੇਂ ਪਿਆ ਦਵਿੰਦਰ ਦਾ ਜ਼ਰੂਰ ਦੱਸਾਂਗੇ ਤੁਹਾਨੂੰ, ਜੇ ਜਾਣਨਾ ਹੋਇਆ ਤਾਂ ਕਮੈਂਟ ਕਰਿਓ ਚੰਗਾ, ਫਿਰ ਦੱਸਾਂਗੇ। ਹਾਂਜੀ ਗਿਟਾਰ ਕੌਰ ਜੀ, ਕੀ ਹਾਲ ਚਾਲ ਤੁਹਾਡੇ? ਵੈਲਕਮ ਆ, ਕੱਲ੍ਹ ਤਾਂ ਵੈਲਕਮ ਦੇ ਵੇਲੇ ਤੁਸੀਂ ਭੱਜ ਗਏ ਸੀਗੇ, ਅੱਜ ਬੈਠੇ ਹੋ। ਹੋਰ ਠੀਕ ਠਾਕ ਹੋ? ਠੀਕ ਹਾਂ, ਹਾਂ ਚੱਲ ਠੀਕ ਆ, ਓਕੇ ਫਿਰ ਬਾਏ, ਚੰਗਾ ਮਿਲਦੇ ਹਾਂ ਫਿਰ। ਭੂੰਡ ਚੱਲੀ ਜਾਂਦੇ ਆ ਅਤੇ ਹੈਲੀਕਾਪਟਰ ਉੱਡੀ ਜਾਂਦੇ ਆ, ਜਿਹੜੇ ਹੈਲੀਕਾਪਟਰ ਜੇ ਸੀਗੇ ਅੱਜ ਸਾਹਿਬ ਦੇ ਸਫਾਏ ਹੋਣਗੇ। ਆਹ ਬੈਠਾ ਇੱਕ ਤਾਂ ਹਜੇ ਉੱਡਦੇ ਨਹੀਂ ਨਾ, ਕਿਉਂਕਿ ਇਹ ਤੰਗ ਬਹੁਤ ਕਰਦੇ ਆ ਬਈ, ਇਹ ਨਾ ਪਤਾ ਕੀ ਕਰਦੇ ਆ, ਪੱਤੇ ਫੁੱਲ ਫੁੱਲ ਆ ਜਿਹੜੇ ਉਹ ਖਾਈ ਜਾਂਦੇ ਰਹਿੰਦੇ ਹੈਗੇ, ਬਾਕੀ ਮਾਲ ਪੱਤਾ ਛੱਡੀ ਜਾਂਦੇ ਹੁਣ। ਆਹ ਦੇਖੋ ਆਹ ਖਾਈ ਜਾਂਦਾ ਨਾ, ਅੱਜ ਸਾਹਿਬ ਦੀਆਂ ਲੂਟਰੀਆਂ ਲੱਗ ਜਾਣਗੀਆਂ ਇਹਨਾਂ ਦੀਆਂ। ਆਹ ਫੂਡਿਆ ਫਿਰਦਾ ਇੱਕ ਤਾਂ, ਦਵਾਉਣਾ ਤੈਨੂੰ ਮੈਂ ਝੂਟੇ ਖੜ ਜਾ ਖੜਾ। ਲਓ ਵੀ ਕਹਿੰਦੇ ਸਪਰੇਅ ਛਿੜਕਦੇ ਛਿੜਕਦੇ ਆਪਾਂ ਪਹੁੰਚ ਗਏ ਗੱਡੀ 'ਚ, ਅਤੇ ਇੱਕ ਨਾ ਉਹ ਰੀਲ ਜਿਹਨੇ ਆਪਾਂ ਸੁਣੀ ਸੀਗੀ ਵਾਇਰਲ ਹੋਈ ਸੀਗੀ, ਜਿਹਦੇ 'ਚ ਉਹ ਕਹਿੰਦੇ ਸੀਗੇ ਵੀ ਗੱਡੀ ਲੀਹ 'ਤੇ ਚੜ੍ਹਨ ਲੱਗੀ, ਝਾੜੂ ਵਾਲਿਆਂ ਨੇ ਗੰਦ ਪਾਤਾ, ਮਸਾਂ ਅਸੀਂ ਸਪਰੇਅ ਢੋਲੀ ਚੱਕੀ ਅਤੇ ਸਵੇਰੇ ਸਵੇਰੇ ਆ ਕੇ ਰਿਜਵਾਨ ਨੇ ਕੰਮ ਛਡਾਤਾ। ਇਹ ਕਹਿੰਦਾ ਬਠਿੰਡੇ ਚੱਲ ਕੇ ਆਉਣਾ ਅਤੇ ਮੁੜੇ ਆਉਣੇ 10-15 ਮਿੰਟਾਂ 'ਚ, ਮੈਂ ਚੱਲ, ਅਤੇ ਕਹਿੰਦਾ ਮੁੰਡਾ ਇਸ ਟਾਈਮ ਇੰਸਟਾਗ੍ਰਾਮ 'ਤੇ ਪਰਛਾਇਆ ਪਿਆ ਹੈ ਪੂਰਾ। ਕਿਰਪਾ ਮਾਲਕ ਦੀ ਭਰਾ, ਬਲੌਗਰ ਦੀ, ਸਾਡੇ ਦੀ ਲੱਖ ਲੱਖ ਆਲੇ ਪਰਫਿਊਮ ਓਹਦੇ ਅੱਖ ਨੂੰ ਜੇ 10-10 ਹਜ਼ਾਰ ਚ ਬਣਾਉਣੇ ਆ ਤਾਂ ਕੁਆਲਿਟੀ ਦਾ ਫਿਰ ਤੁਹਾਨੂੰ ਪਤਾ ਸਿਰਾ ਹੀ ਆ। ਚੱਲ ਮੈਂ ਮੁੜਕਾ ਜਾਇਆ ਸੀਗਾ, ਛਿੜਕਲ ਗਿਆ ਆਪਾਂ 2-4 ਪ੍ਰੈਸ਼ਰਾਂ, ਅਤੇ ਬਾਕੀ ਵਧੀਆ ਯਾਰ ਕੰਮ ਕਾਰ। ਅਜੇ ਤਾਈਂ ਜਿੰਨੇ ਵੀ ਆਪਣੇ ਥਰੂ ਬੰਦੇ ਗਏ ਆ ਆਪਣੇ ਰਿਜਵਾਨ ਕੋਲੇ, ਕਿਸੇ ਦਾ ਲਾਂਭਾ ਨਹੀਂ ਆਇਆ ਗਾ, ਮਤਲਬ ਕਿ ਓਕੇ ਰਿਪੋਰਟਾਂ ਹੀ ਰਹਿਗਾ ਗਾ ਸਾਰੇ ਜਣੇ। ਬਾਕੀ ਤੁਸੀਂ ਤਾਂ ਜਾਣਦੀ ਆ ਬਈ, ਕਿਉਂਕਿ ਇੰਸਟਾਗ੍ਰਾਮ 'ਤੇ ਧੱਕ ਵਾਹਵਾ ਪਾਈ ਆ ਮੁੰਡੇ ਨੇ। ਜਵਾਕ ਨੇ ਦੇਖ ਕੀ ਕੰਮ ਕੀਤਾ, ਭੈਣਾ ਕਿਹੜੇ ਜਵਾਕ ਨੇ? ਟੰਗਾ ਪੈਣ ਮੂਹਰੇ ਤਰਿਆ ਵਿਆਹ ਦੇ ਵਾਲਟ 'ਤੇ। ਅੱਛਾ ਅੱਛਾ, ਤੇਰੇ ਵਾਲੇ ਮੁੰਡੇ ਨੇ? ਠੀਕ ਆ ਫਿਰ, ਉਹ ਕਹਿੰਦਾ ਡੈਡੀ ਨੂੰ ਫਿਰ ਵਾਲ ਵੂਲ ਪਾਉਣੇ ਪੈ ਜਾਂਦੇ ਤੁਰੇ ਜਾਂਦੇ ਨੂੰ, ਨਾਲੇ ਫਰੈਸ਼ ਰਹਿੰਦੀ ਹਵਾ ਲੱਗਦੀ ਰਹਿੰਦੀ ਆ, ਸਲਾਬ ਜਿਵੇਂ ਬਣਦੀ। ਤੇ ਲਓ ਵੀ ਚੱਲ ਗਏ ਫਿਰ, ਚੁਕਾ ਲੈ ਗਏ ਸਮਾਨ ਇਹਦਾ ਜਿਹੜਾ ਹੈਗਾ ਗਾ। ਅੱਜ ਬਈ ਰਿਵਿਊ ਬਾਹਲਾ ਘੈਂਟ, ਹੋਰ ਗੱਲਾਂ ਬੱਦਲ ਹੀ ਬਾਹਲੇ ਸੋਹਣੇ ਆ, ਬਠਿੰਡੇ ਵਾਲੇ ਥਰਮਲ ਗਲਾਸਾਂ ਨੂੰ ਜਗੀ ਜਾਂਦੇ ਆ ਅੱਜ ਤਾਂ। ਅੱਜ ਮੌਸਮ ਸਾਫ਼ ਆ ਨਾ, ਮੀਂਹ ਮੂੰਹ ਪਿਆ ਗਾ ਉਹਦੇ ਕਰਕੇ। ਲਓ ਵੀ ਫਿਰ ਬੈਠਣਾ ਜਿਹੜੇ ਨੇ ਤਾਂ ਬਹਿਜ ਉੱਡਣ ਲੱਗਿਆ ਜਹਾਜ਼ ਤਾਂ। ਤੜਕੇ ਤੜਕੇ ਕਹਿੰਦੇ ਬਠਿੰਡੇ ਕਾਂਡ ਹੋ ਗਿਆ, ਆਹ ਤਾਂ ਬਚ ਗਿਆ ਕਿਤੇ ਰਿਜਵਾਨ ਸਿੰਘ, ਆਪਣੀ ਗੱਡੀ ਲੱਗੀ ਹੁੰਦੀ ਥੱਲੇ ਤੇ ਆਹ ਡਿੱਗ ਪੈਂਦਾ, ਪੈ ਗਿਆ ਸੀਗਾ ਨਾ ਪੰਗਾ, ਕਾਹੇ ਚਾੜ ਉੜ ਕੇ ਡਿੱਗਿਆ ਲੱਗਦਾ, ਜਦੋਂ ਬਾਬੇ ਖਲਿਆਰ ਦਿੰਦਾ ਜਿਹੜੀ ਤੇ ਡਿੱਗ ਪੈਂਦਾ। ਵਾਕਈ ਕੰਮ ਖਰਾਬ ਹੀ ਹੋ ਗਿਆ, ਟੁੱਟਿਆ ਕਿਵੇਂ ਹੋਇਆ, ਕਿੱਥੋਂ ਟੁੱਟਿਆ ਹੋਇਆ ਯਾਰ, ਇਹਦੇ ਉੱਤੋਂ ਟੁੱਟਿਆ
ਉੱਤੋਂ ਹੀ ਟੁੱਟਿਆ, ਥੱਲੇ ਤਾਂ ਹੈ ਹੀ ਨੀ ਪੋਲ, ਇਹਦੇ ਉੱਤੋਂ ਟੁੱਟਿਆ ਜਾਂ ਇਹਨਾਂ ਨੇ ਵੱਢਿਆ ਵੁੱਢਿਆ ਮੈਨੂੰ ਤਾਂ ਲੱਗਦਾ ਯਾਰ, ਇਹ ਗੱਡੀ ਗੁੱਡੀ ਡਿੱਗ ਪੈਂਦਾ ਪਾ ਦਿੰਦਾ ਪੜਾਕੇ। ਚੱਲ ਮੋੜਦਾ ਲਓ ਵੀ ਮੈਂ ਕਿਹਾ ਹੁਣ ਐਂ ਤਾਂ ਹੈਗੀ ਆਗੇ ਮਾਤਾ ਦੇ ਟੈਸਟ ਜਿਹੜੇ ਆਪਾਂ ਕੱਲ ਕਰਾਏ ਸੀ ਉਹ ਪੁੱਛ ਚੱਲ ਗਏ, ਜੇ ਲੈਬੋਰਟਰੀ ਖੁੱਲ ਗਈ ਹੋਈ ਤਾਂ ਫੜ ਕੇ ਲੈ ਚੱਲਾਂਗੇ ਅੰਦਰ ਹੀ ਜਾਣ। ਹੋਰ ਨਹੀਂ ਦੁੱਖ ਨਾ ਕੋਈ ਵਾਹ ਗਾ, ਫਿਰ ਕੱਲ ਨੂੰ ਕਹੀ ਜਾਂਦਾ ਘੰਟੇ ਕੁ ਤੱਕ ਆ ਜਾਂਗੇ, ਹਜੇ 8 ਵਜੇ ਆ, 9 ਕੁ ਵਜੇ ਤੱਕ ਆ ਜਾਂਗੇ ਇੱਧਰ ਨੂੰ ਮੁੜਦਾ ਦੇਖ ਕੇ ਫਿਰ। ਹਾਂ ਚੱਲ ਉੱਥੋਂ ਮੋੜ ਦੀ ਗਾਂ ਤੂੰ, ਮੈਨੂੰ ਤਾਂ ਲੱਗਦਾ ਬਈ ਲੈਬੋਰਟਰੀ ਖੁੱਲੀ ਨੀ ਗੀ, ਚੱਲ ਉੱਥੋਂ ਮੋੜ ਦੇਈ ਵਾ ਗਾਂ ਤੂੰ, ਬੰਦ ਹੀ ਪਈ ਹੈਗੀ, ਫਿਰ ਇਹ 9 ਕੁ ਵਜੇ ਦੇ ਨਾਲ ਆਉਂਦੇ ਮੈਨੂੰ ਲੱਗਦਾ ਆਪਾਂ ਬਾਹਲੀ ਛੇਤੀ ਆ ਗਏ। ਠੀਕ ਆ ਫਿਰ ਸਰ, ਓਕੇ ਜੀ, ਮਿਲਦੇ ਆ ਫਿਰ ਜਲਦੀ ਬ੍ਰੇਕ ਕੇ ਬਾਅਦ। ਕਰਤਾ ਠੰਡਾ ਠੰਡਾ ਮਾਹੌਲ ਤੇ ਲਓ ਵੀ ਆਪਾਂ ਚੱਲ ਗਏ ਹੁਣ। ਓਕੇ ਬਾਈ, ਠੀਕ ਆ ਰਜਵਾਨ ਚੱਲਿਆ ਆਪਦਾ, ਤੇ ਆਪਾਂ ਆਪਦਾ ਚੱਕੀ ਢੋਲੀਆਂ ਜਿਹੜੀਆਂ ਰਹਿ ਗਈਆਂ ਦੋ ਤਿੰਨ ਉਹ ਛਿੜਕ ਦੇਈਏ। ਕਈ ਵਾਰੀ ਯਾਰ ਕੰਮ ਛੱਡ ਕੇ ਵੀ ਜਾਣਾ ਪੈਂਦਾ, ਬੰਦਾ ਆਪਾਂ ਨੂੰ ਕਦੇ ਵੀ ਜਵਾਬ ਨਹੀਂ ਦਿੰਦਾ ਕੋਈ ਵੀ ਕੰਮ ਕਰੋ। ਖੜ ਜਾ ਚੱਕਦਾ ਸੀਗਾ, ਖੜ ਜਾ ਇੱਧਰ ਨੂੰ ਲੈ ਕੇ ਆਈ, ਇੱਧਰ ਨੂੰ ਬਾਤ ਗਿਆ। ਲਓ ਵੀ ਘਰ ਦੇ ਭਾਲੀ ਜਾਣ ਮੈਨੂੰ ਫੋਨ ਕਰਕੇ ਕਹਿੰਦੇ ਅਸੀਂ ਤੈਨੂੰ ਬਾਜਾਂ ਮਾਰੀ ਜਾਂਦੇ ਹਾਂ ਚਾਹ ਵਾਸਤੇ, ਤੂੰ ਚਾਹ ਪੀਨੀ ਆ। ਮੈਂ ਕਿਹਾ ਯਾਰ ਹੁਣੇ ਤਾਂ ਫਿਰਦੇ ਥਰਮਲ ਪਲਾਂਟ ਕੋਲੇ, ਉਹਦਾ ਜਾਇਜ਼ਾ ਲੈਣ ਗਏ ਸੀਗੇ। ਸਾਡਾ ਕੋਈ ਨੀ ਪਤਾ ਹੈ, ਅੱਜ ਮੈਨੂੰ ਕਦਰ ਕੌਰ ਨੇ ਬਹੁਤ ਤੰਗ ਕਰਿਆ। ਕਦਰ ਕੌਰ ਮੈਨੂੰ ਕਹਿੰਦੀ ਮੈਂ ਖੋਲ ਦਿੰਦੀ ਆ ਗੇਟ, ਮੈਨੂੰ ਫੋਨ ਕਰ ਦਿਓ ਆ ਕੇ, ਤੇ ਮੈਂ ਫੋਨ ਲਾਈ ਗਿਆ ਖੜਾ ਬਾਰ ਚ ਬੱਬੂ, ਇਹਨੇ ਚੱਕਿਆ ਹੀ ਨੀ ਫੋਨ। ਨਹੀਂ ਸੱਚੀ ਮੈਨੂੰ ਸੌ ਲੱਗੇ, ਮੈਂ ਫੋਨ ਤਾਂ ਮੈਂ ਦੂਜੀ ਕਾਲ ਦੀ ਵੇਟ ਚ ਰਹੀ, ਪਤਾ ਨਹੀਂ ਉਹ ਮੇਰੇ ਸ਼ੋਅ ਹੀ ਨਹੀਂ ਹੋਣਾ ਉਸ ਤੋਂ ਕਿ ਉਹਦਾ ਨੋਟੀਫਿਕੇਸ਼ਨ ਆ ਗਿਆ। ਹੈ ਬੱਬੂ ਨੇ ਆਣੀ ਮੰਮੀ ਨੇ ਬੁਗਾ ਲਈ ਚੁੱਲੇ ਤੇ ਚੋਰੀ ਦੇਖੀ ਆ। ਹੁਣ ਦੀ ਨਹੀਂ ਮੈਂ ਗੱਲ ਕਰਦਾ, ਸਵੇਰ ਦੀ ਗੱਲ ਕਰਦਾ। ਪਤਾ ਮੈਂ ਦੇਖੀਆਂ ਹੁਣ ਕੱਢ ਕੇ, ਪਤਾ ਕੀ ਇਹ ਜਾਂਦਾ ਨੋਟੀਫਿਕੇਸ਼ਨ ਬੰਦ ਹੋ ਰਿਹਾ ਉਹਦਾ, ਬੰਦ ਬੁੰਦ ਕਰਦਾ ਉਹਨਾਂ। ਸੁਣਾ ਉਹਦੇ ਤੇਰੇ WhatsApp ਦੀ ਰਿੰਗ ਹੀ ਛੋਟੀ ਆ, ਆਵਾਜ਼ ਘੱਟ ਆ। ਹਾਂ ਸੱਚੀ ਮੈਂ ਝੂਠ ਨਹੀਂ ਮਾਰਦੀ, ਮੈਂ ਉਹਨਾਂ ਦੇ ਟਾਈਮ ਤਾਜੂ ਨਾਲ ਖੇਡੀ ਐ, ਸਾਹਮਣੇ ਮੈਂ ਬੱਚੇ ਬਣਾ ਰਹੇ ਜਲੰਧਰ ਕੰਮ ਬਹੁਤ। ਚਲੋ ਬਈ ਉਧਰ ਕਦਰ ਕੌਰ ਦੀ ਕਦਰ ਪੈ ਜਾਣੀ, ਨਹੀਂ ਤਾਂ ਇਹ ਹਿਸਾਬ ਲਾ ਲਾ ਬੰਦੇ ਆਪਣੇ ਉਹ ਘਾਬਰੇ ਫਿਰਦੇ ਆ। ਫਾਈਨਲੀ ਆਪਣਾ 9:30 ਵਜੇ ਆ ਕੇ ਜਿਹੜਾ ਕੰਮ ਆ ਨਿਬੜ ਚੁੱਕਿਆ, ਜਿਹੜੀਆਂ 8-10 ਢੋਲੀਆਂ ਬੰਦੀਆਂ ਸੀਗੀਆਂ ਪਾਤੀਆਂ। ਲਓ ਵੀ ਹੁਣ ਲੈਣਗੇ ਬੱਲੇ ਬੱਲੇ ਨਹੀਂ ਆ ਰਹੀ ਸਬਜ਼ੀ ਵੀ, ਕਿਉਂਕਿ ਹੁਣ ਜਿਹੜੇ ਤੰਗ ਪਰੇਸ਼ਾਨ ਕਰਨ ਵਾਲੇ ਕੀੜੇ ਆ ਨਾ ਉਹ ਆਪਾਂ ਫੜਾ ਦੇਣੇ ਬੂੰਦੀ ਉਹਨਾਂ ਦੀ। ਅਤੇ ਇੱਕ ਅੱਜ ਹਲਵਾਈ ਨੇ ਵੀ ਆਉਣਾ ਬਈ ਘਰੇ, ਅੱਜ ਹਲਵਾਈ ਨੂੰ ਵੀ ਜਿਹੜੀ ਸਾਰੀ ਭਾਜੀ ਧਾਜੀ ਲਿਖਾ ਕੇ ਉਹਦੇ ਨਾਲ ਵੀ ਡਨ ਕਰ ਦੇਣਾ, ਫਿਰ ਉਹ ਨਾਲੇ ਦੱਸ ਦੂਗਾ ਅੱਜ ਵੀ ਕੀ ਉਹਨੂੰ ਸਮਾਨ ਚਾਹੀਦਾ, ਕਿੰਨੇ ਦੇਗੇ, ਕਿੰਨੀਆਂ ਖੁਰਚਣੇ, ਕਿੰਨੇ ਢੱਕਣ, ਕਿੰਨੀਆਂ ਪਰਾਤਾਂ, ਹੈ ਨਾ, ਕਿੰਨੀਆਂ ਕੜਾਹੀਆਂ, ਕਿੰਨੇ ਕੜਾਹੇ, ਕੀ ਕੁਛ ਚਾਹੀਦਾ, ਕਿੰਨੇ ਲੱਡੂ ਕੱਢਣੇ, ਕਿੰਨੀਆਂ ਜਲੇਬੀਆਂ, ਪਕੌੜੀਆਂ, ਸ਼ੱਕਰ ਪਾਰੇ, ਮੱਠੀਆਂ, ਸਾਰੇ ਕੁਛ ਦਾ ਨਾ ਅੱਜ ਡਿਟੇਲ ਬਣ ਜਾਣੀ ਆ। ਫਿਰ ਉਹਦੇ ਤੋਂ ਬਾਅਦ ਆਪਣਾ ਕੰਮ ਰਹਿ ਜਾਣਾ ਟੈਂਟ ਵਾਲੇ ਦਾ, ਫਿਰ ਟੈਂਟ ਵਾਲਾ ਆਪਣੇ ਜਿਹੜਾ ਵਿਆਹ ਵਾਲੇ ਸੀ ਬਰਾੜ ਸਾਹਿਬ ਉਹਨੂੰ ਹੀ ਕਰਨਾ, ਸਾਰਿਆਂ ਨੂੰ ਫਾਇਦੇਮੰਦ ਬੰਦਾ ਉਹ ਆਪਣੇ ਏਰੀਏ ਦੇ ਵਿੱਚ ਨੇੜੇ ਤੇੜੇ 25-30 ਕਿਲੋਮੀਟਰ ਦੇ ਘੇਰੇ ਘੇਰੇ 'ਚ ਹੈ ਨਾ। ਮੈਂ ਕਹਿੰਦਾ ਉਹਦੇ ਨਾਲੋਂ ਬੰਦਾ ਸਸਤਾ ਕੋਈ ਲਾ ਹੀ ਨਹੀਂ ਸਕਦਾ। ਐਂ ਤਾਂ ਇਹਨੇ ਚੱਕੀ ਖੜੀ ਆ, ਤੇਰੇ ਲੱਥੇ ਪੈਣ ਵਾਲਾ ਜਿਹੜੀ ਤੂੰ ਦੁਪਹਿਰੇ ਮਿਲਦੀ ਆ, ਹੁਣ ਪਰਾਂ ਨੂੰ ਮੂੰਹ ਕਰਦਾ ਸੰਗ ਜੀ ਮੰਨਦੀ ਨੇ, ਉਹਦੇ ਨਾਲ ਬੰਦਾ ਕੋਈ ਸਸਤਾ ਟੈਂਟ ਲਾ ਹੀ ਨਹੀਂ ਸਕਦਾ, ਚਾਹੇ ਟਾਵਰਾਂ ਵਾਲਾ ਹੋਵੇ, ਚਾਹੇ ਜਿਹੜਾ ਮਰਜ਼ੀ ਹੋਵੇ, ਫਿਰ ਉਹਨੂੰ ਸਾਈ ਦੇ ਕੇ ਆਵਾਂਗੇ। ਤੁਸੀਂ ਕਿਵੇਂ ਸਾਰਾ ਟੱਬਰ ਗੈਂਗ ਬਣਾਈ ਫਿਰਦੇ ਆ ਕਿ ਕੁੱਟਣਾ ਕੱਟਣਾ ਕਿਸੇ ਨੂੰ? ਤੁਹਾਡਾ ਮੇਨ ਬੰਦਾ ਕਿੱਥੇ ਆ? ਮੇਨ ਬੰਦਾ ਤਾਜ ਸੀ ਹਾਂ, ਤਾਜੂ ਤਾਜ ਵਤਨ ਮੇਨ ਬੰਦਾ ਕਿੱਥੇ ਆ ਸਾਡਾ?
ਮੇਨ ਬੰਦਾ ਆ ਸੀ ਆ ਹੁਣ ਇਹ ਚੱਕਣ ਲੱਗ ਗਏ ਹੁਣ ਜੇ ਪੈਂਦੀ ਪੈਂਦੀ ਤਾਂ ਐਂ ਨੀ ਪਤਾ ਕਿ ਪੈਰਾਂ ਵਾਲੇ ਅੰਗੂਠੇ ਮੂੰਹ ਚ ਲੈ ਆਉਣ ਲੱਗ ਜੇ ਹਾਂ ਇਹਦਾ ਐਂ ਨੀ ਪਤਾ ਅੰਗੂਠੇ ਵੀ ਲੈ ਆਉਣ ਲੱਗ ਜੇ ਜੇ ਆਪਣਾ ਆ ਜਾਂਦੇ ਮੂੰਹ ਚ ਇੱਧਰ ਕਦਰ ਕੌਰ ਜੀ ਸਾਡੀ ਫਿਰ ਤੜਕਾ ਚੀਰ ਰਹੇ ਆ ਬਈ ਕੱਲ ਬਣਾਇਆ ਸੀਗਾ ਸਾਗ ਆਹ ਕਿਆ ਬਾਤ ਆ ਏਡਾ ਲੱਜਤਦਾਰ ਬਣਿਆ ਸਿਰੇ ਲੜਦੇ ਸਾਰੇ ਸੀਗੇ ਖਾਣਾ ਨਹੀਂ ਖਾਣਾ ਨਹੀਂ ਮੈਂ ਤਾਂ ਕਿਹਾ ਨਹੀਂ ਆ ਰੋਤ ਵਾਲਾ ਸਾਗ ਨਾ ਆਪਣੇ ਵੀਲ ਲੱਗੀ ਉਹਦਾ ਕੀ ਆ ਇਹ ਕਹਿੰਦੇ ਮੈਨੂੰ ਬਿਠਾਓ ਮੈਂ ਵੀ ਵੇਖਣੀ ਆ ਰੰਗ ਬਰੰਗੀ ਦੁਨੀਆ ਡੈਡੀ ਹੁਣਾ ਕਹਿੰਦੀ ਕਿਵੇਂ ਲਾਲ ਹੋਈ ਪਈ ਹੈ ਤੁਸੀਂ ਤਾਂ ਮੇਨ ਬੰਦਾ ਹੀ ਗੁੱਸਾ ਕਰ ਲਿਆ ਉਹਦਾ ਤੁਸੀਂ ਬੰਦਾ ਕਿੱਥੋਂ ਕੁੱਟ ਦੇਉਂਗੇ ਹਨਾ ਦਾਜੂ ਚੰਗੀ ਭਲੀ ਹੋਈ ਹੁਣ ਆ ਤੇ ਮੈਨੂੰ ਦੇਖਦਾ ਸਾਰਾ ਕੁਝ ਕੱਲੀ ਪਹਿਲਾਂ ਮੱਛੀਆਂ ਹੀ ਦੇਖਦੀਆਂ ਜੀ ਹਨਾ ਖਾਜਗਲ 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 ਆ ਖੁਸ਼ ਹੋ ਗਈ ਪੂਰੀ ਹੁਣ ਤੇ ਸਾਗ ਨਾ ਵੀ ਆਪਣੇ ਵੇਲ ਜੀ ਲੱਗੀ ਉਹ ਵੇਲ ਵਾਲਾ ਹੀ ਬਣਾਇਆ ਜੀ ਹਲਵਾਈ ਕਦੋਂ ਗਾਊਗਾ ਮੈਂ ਲਾਉਣੀ ਆ ਫੋਨ ਕਹਿੰਦੀ ਹਲਵਾਈ ਨੂੰ ਖੜ ਜਾ ਜਾ ਜਲਦੀ ਜਲਦੀ ਤੇ ਹੁਣ ਆਪਾਂ ਨਹਾ ਧੋ ਕੇ ਵਿਹਲੇ ਹੋ ਗਏ ਫਿਰ ਮਾਤਾ ਦਾ ਟੈਸਟ ਫੜ ਕੇ ਲਿਆਉਣੇ ਜਿਹੜੇ ਕਰਾਏ ਪਹਿਲਾਂ ਤਾਂ ਉਹ ਡਿਸਪੈਂਸਰੀ ਖੁੱਲੀ ਨਹੀਂ ਸੀਗੀ ਜਦੋਂ ਆਪਾਂ ਗਏ ਸੀਗੇ ਹੁਣ ਕਾਲੀ ਦੀ ਵੀ ਕੱਟਿਆ ਗਿਆ ਹੈ ਕਾਲੀ ਦੀ ਉੱਥੇ ਛੜਕ ਦੇ ਦਾਵੇ ਅਮਨ ਖਾਏ ਮੇਰਾ ਵਿਹਲਾ ਖਾਣ ਛੜਕ ਦੇ ਦਾਣ ਨਾਲ ਤੇ ਕਾਲ ਨਾਲ ਚੰਗ ਜੀ ਛੜਕ ਦਿੰਨੇ ਲਿਆ ਪਾਓ ਫਿਰ ਪਾਓ ਦਵਾਈ ਆ ਇਹਦੇ ਪਾਓ ਦਵਾਈ ਛੜਕ ਦਿੰਨੇ ਆ ਜੀ ਕੁੱਕੀ ਤੈਨੂੰ ਆ ਕੇ ਆਇਆ ਹੈ ਲਓ ਜੀ ਹਲਵਾਈ ਸਾਹਿਬ ਆ ਗਏ ਉਹ ਕਾਪੀ ਜੀ ਤੇ ਸਾਰੀ ਮਠਿਆਈ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਗੁਲਗੁਲੇ ਮੱਠੀਆਂ ਜਲੇਬੀਆਂ ਪਕੌੜੇ ਛਕੌੜੇ ਕਰ ਦਾਂਗੇ ਸਾਰਾ ਕੁਝ ਆਪਾਂ ਬੱਲੇ ਬੱਲੇ ਤੇ ਉਹ ਇੱਕ ਚੀਜ਼ ਸਿੱਖਣੀ ਹੋਵੇ ਨਾ ਪੀਤੇ ਤਾਂ ਸਿੱਖੋ ਬੰਦਾ ਆਪਾਂ ਨਾ ਫਿਰਦੇ ਰੋਟੀਆਂ ਦੇ ਮਾਰ ਰਹੀਆਂ ਧੱਕੇ ਖਾਂਦੇ ਪਰ ਆਪਾਂ ਕਾਲੀਆਂ ਕਾਲੀਆਂ ਕਰਦੇ ਇੱਧਰ ਵੇਖੋ ਦੀਦੀ ਹੁਣੀ ਇੱਕ ਪਲੇਟ 'ਚ ਸਲਾਦ ਇੱਕ 'ਚ ਮੱਖਣੀ ਇੱਕ 'ਚ ਸਾਗ ਇੱਕ 'ਚ ਦਹੀਂ ਅਤੇ ਨਾਲ ਪਰੌਂਠਾ ਆਹਾ ਹਾ ਹਾ ਕਿਆ ਬਾਤ ਆ ਹੈ ਨਾ ਦੀਦੀ ਜੀ ਐਂ ਖਾਂਦੇ ਹੁੰਦੇ ਨਾ ਤੁਸੀਂ ਤੂੰ ਕਿੱਥੇ ਬੈਠਾ ਓਏ ਫੌਜੀ ਸਾਹਿਬ ਅੰਬੋ ਫੌਜੀ ਸਾਹਿਬ ਅੰਬੋ ਛੱਡੀ ਅੰਬੋ ਛੱਡੀ ਲਓ ਜੀ ਫਿਰ ਸਾਗ ਆ ਜਿਹੜਾ ਆਪਣਾ ਤਿਆਰ ਹੋ ਕੇ ਆ ਚੁੱਕਿਆ ਨਾਲ ਹੈਗਾ ਮਿਰਚ ਦਾ ਅਚਾਰ ਅਤੇ ਰੋਟੀਆਂ ਆਪਾਂ ਖਾਣੀਆਂ ਖੁਸ਼ਕ ਕਿਉਂਕਿ ਰੋਟੀਆਂ ਥੋੜ੍ਹੀਆਂ ਜਿਹੀਆਂ ਨਾ ਕਰੜੀਆਂ ਜਿਹੀਆਂ ਉਹ ਨਾ ਕ੍ਰਿਸਪੀ ਜਿਹੀਆਂ ਉਹ ਸਵਾਦ ਲੱਗਦੀਆਂ ਹੈਗੀਆਂ ਅਚਾਰ ਦੇ ਨਾਲ ਅਤੇ ਬਾਕੀ ਤੁਸੀਂ ਦੱਸਿਓ ਕਿਹਨੂੰ ਕਿਹਨੂੰ ਸਵਾਦ ਲੱਗਦਾ ਫਿਰ ਸਾਗ ਰੁੱਤਾ ਜਾਂ ਕਰੁੱਤਾ ਕਿਉਂਕਿ ਹੁਣ ਹੈਗਾ ਕਰੁੱਤਾ ਹੁਣ ਤਾਂ ਰੁੱਤੀ ਹੈ ਨਹੀਂ ਸਾਗ ਦੀ ਗਾਂਹ ਲਾ ਲਓ ਵੀ ਅਕਤੂਬਰ ਨਵੰਬਰ 'ਚ ਜਾ ਕੇ ਸਾਗ ਹੁੰਦਾ ਗਾ ਅਤੇ ਅਕਤੂਬਰ 'ਚ ਕਿਉਂ ਹੁੰਦਾ ਗਾ ਨਵੰਬਰ 'ਚ ਹੀ ਜਾ ਕੇ ਸਟਾਰਟ ਹੁੰਦਾ ਅਕਤੂਬਰ 'ਚ ਬੀਜਦੇ ਆ ਅਤੇ ਸਾਗ ਬਣਿਆ ਬਹੁਤ ਸਵਾਦ ਆ ਵੇਖੋ ਫਿਰ ਲੱਗਿਆ ਨਾ ਤੜਕਾ ਹੈ ਉਹਦੇ ਆਖਣਾਂ ਨੂੰ ਦੇਗੀ ਮਿਰਚ ਕਾ ਤੜਕਾ ਅਤੇ ਅੰਗ ਅੰਗ ਫੜਕਾ ਅਤੇ ਲਓ ਵੀ ਆਪਾਂ ਛਕਦੇ ਹਾਂ ਫਿਰ ਚੱਲਾਂਗੇ ਮੰਡੀ ਮਾਤਾ ਦਾ ਟੈਸਟ ਪੜਨਾ ਕੋਚੂ ਮੋਚੂ ਅੱਜ ਪਾਈ ਆ ਲਵੈਂਡਰ ਕਲਰ ਦੀ ਫੜਾਕ ਹੈ ਓਏ ਓਏ ਕੋਚੂ ਤਾਜੂ ਲੰਡੀ ਜੀ ਲੱਗਦੀ ਆ ਮਹਿੰਗਾਈ ਦਾ ਵੇਖੋ ਬਈ ਇੱਥੋਂ ਪਤਾ ਲੱਗਦਾ ਕਿੰਨੇ ਦਿੱਤਾ ਆਪਾਂ 220 ਰੁਪਈਆਂ ਦਾ ਉਦੋਂ ਕਿੰਨੇ ਦਾ ਹੁੰਦਾ ਜੀ ਫਿਰ 80 ਦਾ ਹੋ ਗਿਆ ਫਿਰ ਹੁਣ ਇਹ ਐਡੀ ਤਕੜੀ ਚੀਜ਼ ਆ ਬਾਈ ਇਹਦੇ 'ਚ ਆਂਡੇ ਉਂਡੇ ਪਾ ਕੇ ਬਣਾਇਆ ਹੁੰਦਾ ਇਹ ਕਹਿੰਦੇ ਇਹਦੇ ਮਤਲਬ ਜਿਹਦੇ ਸਿਰ 'ਚ ਸਿੱਕਰੀ ਆ ਅਤੇ ਕਿੰਨੇ ਸਿਰ ਨਹਾਉਣੇ ਪੈਂਦੇ 3-4 ਸਿਰ ਪਰ ਨਾ ਛੱਡਦਾ ਨੀ ਬਈ ਜਿਹਦੇ ਜਿੰਨੀ ਮਰਜ਼ੀ ਸਿੱਕਰੀ ਐਂ ਪੱਟ ਕੇ ਸਿਰ ਨਾ ਐਂ ਕਰ ਦਿੰਦਾ ਆਹ ਦੇਖੋ ਜਿਵੇਂ ਮੇਰਾ ਹੱਥ ਆ ਐਂ
ਜਮਾ ਐਂਡ ਨੀਟ ਐਂਡ ਕਲੀਨ ਤੇ ਆਪਾਂ ਹੁਣ ਚੱਲਦੇ ਹਾਂ। ਡੈਡੀ ਪਹਿਲਾਂ ਮੋਟਰਸਾਈਕਲ ਲੈ ਕੇ ਗਿਆ ਸੀਗਾ, ਹੁਣ ਆਪਾਂ ਚੱਕਦੇ ਹਾਂ, ਖੜਨ ਨਹੀਂ ਦੇਣਾ ਸੀ। ਹੁਣ ਮੈਂ ਇੱਕ ਤਾਂ ਮਾਤਾ ਕਹਿੰਦੀ ਮੇਰੀ ਪੈਨਸ਼ਨ ਦਾ ਪਤਾ ਕਰਕੇ ਹੀ ਵੀ ਆ ਗਈ, ਅਤੇ ਇੱਕ ਉਹਦੇ ਟੈਸਟ ਫੜ ਕੇ ਲਿਆਉਣੇ ਆ। ਫੜ ਫਿਰ ਲੈ ਦੇ ਪੈਸੇ 20,000। ਸੌਣ ਵਾਲਾ ਦਾ ਲਾਉਣ ਤੋਂ ਬਾਅਦ ਜਦੋਂ ਉੱਠੇ ਤੇ ਉਦੋਂ ਕਹਿੰਦੇ ਨਾ ਐਂ ਹੋਈ ਜਾਵੇ ਠੱਕ 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 ਠੱਕ। ਮੈਂ ਕਿਹਾ ਆਹ ਕੀ ਆ ਗਿਆ, ਜਦੋਂ ਕਰਿਆ ਮੈਂ ਪੜਦਾ ਜਿਹਾ ਪਰ, ਤੇ ਕਹਿੰਦੇ ਬਈ ਕੀ ਆ ਗਿਆ, ਕਹਿੰਦੇ ਮੀਂਹ ਆ ਗਿਆ। ਮੈਂ ਕਿਹਾ ਬੱਲੇ 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 ਬੱਲੇ, ਫਿਰ ਤਾਂ ਨਜ਼ਾਰੇ ਲਿਆ ਤੇ ਇਹਨੇ ਹੈਂ। ਮੇਰੇ ਬੂਟ ਹੀ ਨਹੀਂ ਧੋਤੇ ਯਾਰ ਕਿਸੇ ਨੇ, ਕਮਾਲ ਹੀ ਕਰਦੀ ਆ। ਮੈਨੂੰ ਐਂ ਸੀ ਮੰਮੀ ਧੋ ਦੂਗੀ, ਸ਼ੂਏ ਮਹਿੰਗੇ ਹੈਗੇ, ਅਸੀਂ ਪਾਣੀ 'ਚ ਰੱਖ ਦਿੰਦਾਂਗੇ ਫਿਰ ਖਰਾਬ ਹੋਣਗੇ ਹੈਂ, ਤਾਂ ਕਰਕੇ ਮੈਂ ਹੀ ਧੋ ਕੇ ਰੱਖ ਦਾਂਗਾ ਇਹਨੂੰ। ਅਤੇ ਆਪਾਂ ਰਲਾਉਣੇ ਪੱਠੇ ਤੋਂ, ਆ ਵੀਰ ਪਲ ਕਹਿੰਦੀ ਮੇਰੇ ਨਾਲ ਬਠਿੰਡੇ ਜਾ ਕੇ ਆਓ ਵੀਰ ਜੀ। ਮੈਂ ਕਿਹਾ ਵੀਰ ਜੀ ਤਾਂ ਜਾ ਆਉਣਗੇ, ਟੈਨਸ਼ਨ ਕਾਹਦੀ ਇੰਨੀ। 4:15 ਹੋ ਗਏ ਅਤੇ ਆਪਾਂ ਬਈ ਜਿਹੜਾ ਆਪਦਾ ਕੰਮ ਕਾਰ ਕਰਤਾ ਡਨ, ਅਤੇ ਪੱਠੇ ਵੱਢ ਕੇ ਸਾਈਡ 'ਤੇ ਪੱਠੇ ਰਲਾ ਤਾ, ਹੁਣ ਅਗਲਾ ਕੰਮ ਆਪੇ ਡੈਡੀ ਅਤੇ ਮਾਤਾ ਸਾਂਭ ਲੈਣਗੇ, ਪੱਠੇ ਪਾ ਦੇਣਗੇ ਕੀ ਨਾਲੇ ਪੱਠੇ ਪਾ ਦੇਣਗੇ ਅਤੇ ਨਾਲੇ ਬਾਕੀ ਦੇ ਕੰਮ ਨਿਬੇੜ ਲੈਣਗੇ। ਆਪਾਂ ਨਹਾਉਣੇ ਧੋਣੇ ਆ ਅਤੇ ਸੋਹਣੇ ਕੱਪੜੇ ਪਾਉਣੇ ਆ, ਤੋਂ ਬਾਅਦ ਹੋਣੇ ਆ ਬਠਿੰਡੇ ਵਾਸਤੇ ਫਰਾਰ। ਕਿਵੇਂ ਬਠਿੰਡੇ ਮੀਂਹ ਕਿੰਨਾ ਕੰਮ, ਮੈਂ ਕਿਹੜਾ ਜਾ ਕੇ ਆਇਆ ਬਠਿੰਡੇ, ਮੈਨੂੰ ਪੁੱਛੀ ਜਾਂਦੇ। ਅੱਛਾ ਇੰਨਾ ਮੀਂਹ ਹੈਨੀਗਾ, ਜੇ ਪਾਣੀ ਲਿਆ ਪਹਿਲਾਂ ਤਾਂ ਮੈਨੂੰ ਅੱਧਾ ਘੰਟਾ ਪਹਿਲਾਂ ਹੀ ਪਾਣੀ ਮੰਗ ਕੇ ਗਿਆ ਤੁਹਾਡੇ ਤੋਂ। ਅੰਦਰੋਂ ਕੋਈ ਹਿੱਲੇ ਨੀ ਤੁਹਾਡੇ ਚੋਂ। ਬਾਬਾ ਜੀ ਮੱਥਾ ਟੇਕ ਰਹੇ ਨੇ, ਪਹਿਲਾਂ ਸਾਡੇ ਜਾਣ ਤੋਂ ਪਹਿਲਾਂ ਇਹਨਾਂ ਨੇ ਮੱਥਾ ਟੇਕਿਆ, ਫਿਰ ਅਰਦਾਸ ਕਰੀ ਵੀ ਹੇ ਪਰਮਾਤਮਾ ਸੁੱਖੀ ਸਾਂਦੀ ਜਾਣ, ਜਵਾਕ ਜੇ ਸਾਡੇ ਸੁੱਖੀ ਸਾਂਦੀ ਆਉਣ, ਨਹੀਂ ਤਾਂ ਰਾਹ 'ਚ ਕਈ ਕਲੇਸ਼ ਵੀ ਪਾ ਲੈਂਦੇ ਆ, ਲੜ ਭੇੜ ਵੀ ਪੈਂਦੇ ਆ, ਤੇ ਬਾਹਰ ਮੌਸਮ ਚੈੱਕ ਕਰੋ ਕਿੱਡਾ ਸੋਹਣਾ। ਪਹਿਲਾਂ ਆਪਾਂ ਸੀਸਾ ਜਿਹੜਾ ਧੋਲ ਗਏ ਸਮਾਰ ਕੇ, ਹਾਂ ਹੁਣ ਵਿਊ ਸੋਹਣਾ ਦਿਸੂਗਾ। ਲੋ ਵੀ ਕਹਿੰਦੇ ਜਿਉਂ ਅਸੀਂ ਪਿੰਡੋਂ ਨਿਕਲੇ ਹਾਂ ਤੇ ਮੀਂਹ ਦੀ ਆ ਨਾ ਜਿਹੜੀ ਰਫਤਾਰ ਆ, ਹੌਲੀ 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 ਵਧਣ ਲੱਗ ਗਈ। ਆਪਣੇ ਪਿੰਡ ਤਾਂ ਐਂ ਨਹੀਂ ਸੀਗਾ, ਮੈਂ ਅੱਗੇ ਪਿੰਡ ਬੜਾ ਮੀਂਹ ਆ ਬਾਈ, ਅਤੇ ਉਹ ਤੋਂ ਗਾਂਹ ਬਠਿੰਡੇ ਵੀ ਸਾਰੇ ਫੁੱਲ ਮੀਂਹ ਹੈਗਾ, ਉਹ ਵੇਖੋ ਦਿਸੀ ਜਾਂਦਾ ਥਰਮਲ ਦੇ, ਕਹਿੰਦੇ ਡਿੱਗੀ ਜਾਂਦਾ, ਦਾੜ 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 ਪਈ ਆਉਂਦੀ ਆ ਕਣਕਾਂ। ਇੱਥੇ ਤੇ ਸਾਨੂੰ ਰੱਬ ਤੋਂ ਪੂਰੀ ਆਸ ਉਮੀਦ ਹੈਗੀ ਸੀਗੀ ਵੀ ਮੀਂਹ ਫੁੱਲ ਹੋਊਗਾ, ਬਠਿੰਡੇ ਆ ਕੇ ਕਹਿੰਦੇ ਕਣੀ ਵੀ ਹੈਣੀ ਗੀ, ਉਹ ਨਹਿਰਾਂ ਤੱਕ ਹੀ ਆ ਮੀਂਹ, ਤੇ ਅੱਜ ਅਸੀਂ ਬਾਹਲੇ ਦਿਨਾਂ ਬਾਅਦ ਆਏ ਹਾਂ ਵੀ ਤੇ ਆਪਾਂ ਇਕੱਠੇ, ਅੱਜ ਮਿਲਿਆ ਤਾਂ ਅਸੀਂ ਆਏ ਹੋਵਾਂ 10-15 ਦਿਨਾਂ ਬਾਅਦ, ਹਾਂ ਉਦਣ ਦੀ ਅਸੀਂ ਆਏ ਨੀ ਗੇ, ਫਿਰ ਅੱਜ ਵੀ ਤੇ ਮੇਰੀਆਂ ਮਿਹਨਤਾਂ ਦੀਆਂ ਕਰਨ ਲੱਗ ਗਈ ਬਾਈ ਬਣ ਕੇ, ਚੱਲ ਵੜ ਚੱਲ ਵੜ। ਮੈਂ ਕਿਹਾ ਚੱਲ ਕੋਈ ਗੱਲ ਨੀ, ਕੀ ਕੁੜੀਆਂ ਤੋਂ ਮਿਹਨਤਾਂ ਕਰਾਉਣੀਆਂ, ਉਹਨਾਂ ਪੈਰੀ ਹੱਥ ਲਵਾਉਣੇ ਆ, ਮੈਂ ਕਿਹਾ ਚੱਲ ਚੱਲ ਵੜਦੇ ਹਾਂ, ਤੇ ਹੁਣ ਚੱਲਦੇ ਹਾਂ ਪਹਿਲਾਂ ਤਾਂ ਇਹਦਾ ਕੰਮ ਕੁੰਮ ਕਰਾ ਦੇਈਏ, ਜਿਹੜਾ ਆਪਦਾ ਸੂਟ ਸਾਟ ਫੜਨੇ ਕਰਨੇ, ਕੋਈ ਚੁੰਨੀਆਂ ਚੰਨੀਆਂ ਲੈਣਗੀਆਂ, ਡਾਈ ਕਰਨ ਵਾਲੀਆਂ, ਫਿਰ ਕੁਛ ਨਾ ਕੁਛ ਮਾੜਾ ਮੋਟਾ ਹਲਕਾ ਫੁਲਕਾ ਛਕਾਂਗੇ ਤੇ ਘਰ ਨੂੰ ਦਫਾ ਹੋ ਜਾਵਾਂਗੇ। ਲੋ ਵੀ 7:00 ਤੇ ਦੀਦੀ ਦਾ ਆਪਾਂ ਕੰਮ ਜਿਹੜਾ ਹੈਗਾ ਕਰਵਾ ਦਿੱਤਾ ਗਾ, ਤੇ ਜਾਂਦਿਆਂ ਨੇ ਵੈਸੇ ਚਲੋ ਇਹ ਜੂੜੀਓ ਰੁਕਣਾ ਸੀਗਾ, ਕਿਉਂਕਿ ਨਾ ਜੂੜੀਓ ਤੇ ਹੁਣ ਕਹਿੰਦੇ ਸੇਲ ਲੱਗੀ ਪਈ 1-15 ਅਗਸਤ ਤੱਕ, ਹਨਾ ਅੱਜ ਤਾਂ ਹਜੇ 7 ਤਰੀਕ ਹੀ ਹੋਈ ਹੈਗੀ, ਚਲੋ 7-8 ਦਿਨ ਪਏ ਆ, ਵੈਸੇ ਤਾਂ ਲੋਕਾਂ ਨੇ ਲੈ ਜਾਣੇ ਛਾਂਟ ਛਾਂਟ ਕੇ, ਚਲੋ ਹੋਰ ਮਾਲ ਆ ਜੂਗਾ ਹੈ, ਦੇਖ ਲਾਂਗੇ ਹੁਣ ਨੀ ਹੋ ਜਾਣਾ। ਹੁਣ ਮੈਨੂੰ ਘਰੇ ਜਾ ਕੇ ਤੇ ਕੰਮ ਆ ਗਿਆ, ਮੈਨੂੰ ਫੋਨ ਆਇਆ ਸੀਗਾ ਕਿਸੇ ਦਾ, ਥੋੜਾ ਜਿਹਾ ਉਹਦੇ ਨਾਲ ਜਾ ਕੇ ਆਉਣਾ ਗਾ, ਤੇ ਉਹਦੇ ਤੋਂ ਬਾਅਦ ਫਿਰ ਜੇ ਅਸੀਂ ਮਤਲਬ ਸਾਡੇ ਕੋਲ ਟਾਈਮ ਹੁੰਦਾ 1.5-2 ਘੰਟਾ ਹੋਰ, ਫਿਰ ਅਸੀਂ ਰੁਕ ਜਾਣਾ ਸੀਗਾ, ਫਿਰ ਵੇਖ ਕੇ ਕੋਈ ਨਾ ਕੱਪੜੇ ਲੈ ਕੇ ਜਾਣੇ ਸੀਗੇ, ਕਿਉਂਕਿ ਹੁਣ ਤੁਹਾਨੂੰ ਪਤਾ ਰੱਖੜੀ ਬੰਨ ਕਰਕੇ ਸਹੁਰੀ ਜਾਣਾ ਤੇਗਾ, ਫਿਰ ਮੈਂ ਕਿਹਾ ਚਲੋ ਨਵਾਂ ਸ਼ੂਟ ਪਾ ਜਾਂਗੇ ਐਂ ਕਰਕੇ, ਤੇ ਚਲੋ ਜੇ ਉੱਥੋਂ ਨਾ ਮਿਲੂ ਤਾਂ ਫਿਰ ਫਰੈਸ਼ ਤਾਂ ਲਈ ਲੈਣਾ ਕੁਛ ਨਾ ਕੁਛ। ਸੋ ਚੱਲਦੇ ਹਾਂ ਹੁਣ ਫਿਰ ਘਰ ਨੂੰ, ਅੱਜ ਕਿਤੇ ਨਹੀਂ ਰੁਕਣਾ ਖਾਣ ਪੀਣ ਵਾਸਤੇ, ਕਿਤੇ ਵੀ ਕੰਮ ਵਾਸਤੇ, ਤੇ ਬਸ ਖਿੱਚ ਦੇਣਾ ਕੰਮ ਹੁਣ ਚੱਲ ਕੇ ਘਰ ਨੂੰ।
ਲਓ ਜੀ ਫਿਰ ਆਪਾਂ ਹੁਣ ਤਾਰਿਆ ਵੀਰਪਾਲ ਭੈਣ ਜੀ ਨੂੰ ਤੇ ਹੁਣ ਆਪਾਂ ਮੇਰੇ ਫਰੈਂਡ ਨਾਲ ਥੋੜਾ ਮੈਨੂੰ ਕੰਮ ਹੈਗਾ ਸੋ ਉਹ ਜਾ ਕੇ ਆਉਣਾ ਹੈਗੇ ਤੇ ਬਾਕੀ ਅੱਜ ਦੇ ਵਲੌਗ ਦਾ ਕਰਨ ਲੱਗਿਆਂਗੇ ਬਈ ਇੱਥੇ ਐਂਡ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਆ ਲਾਈਕ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ ਵੀ ਜਿਹੜੇ ਜਿਹੜੇ ਵੀ ਚੈਨਲ ਤੇ ਨਵੇਂ ਜੁੜਿਆ ਕਰ ਲਿਓ ਸਬਸਕ੍ਰਾਈਬ ਸੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਦੱਬ ਕੇ ਮਿਲਦੇ ਆ ਬਈ ਕੱਲ ਨੂੰ ਇੱਕ ਹੋਰ ਨਵੇਂ ਜੇ ਵਲੌਗ ਨਾਲ ਟਿਲ ਦਿਨ ਬਾਬਾ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ।